بسم اللہ الرحمن الرحیم السلام علیکم دوستو اج ویڈیو گوبھی تے بنان لگا ٹھیک ہے اج گوبھی لے کے آیا پرندیاں وا تے اونوں چھوٹا چھوٹا کرنا لگا صبح انشاءاللہ جڑی ہے دوپہر نو انہاں نوں گوبھی ملے گی گوبھی کھان گے گوبھی تلاوا انہاں نوں کچھ نہیں صبح ملنا ٹھیک ہے نال ماراجا جڑا دانا کل دا اج دا بچے ہے او بھی نال ہوے گا باقی جڑی ہے او گوبھی چلے گی تے گوبھی لے ا کے آ میں دیکھو ਕਿਚਨ ਚ ਲੈ ਚਾਂਸ ਵਕਤ ਇਹ ਗੋਭੀ ਲੈ ਲੈਂਦੀ ਏ ਇਹਦੇ ਮੈਂ ਲਾਣਾ ਪਿਆ ਪੱਤਰ ਪੱਤਰ ਵੀ ਜਿਹੜੇ ਨੇ ਇਹ ਵੀ ਨਾਲ ਹੀ ਕੱਟ ਕੇ ਧੋ ਕੇ ਇਹ ਵੀ ਨਾਲ ਹੀ ਗੋਭੀ ਤੇ ਜਾਣੇ ਨੇ ਠੀਕ ਹੈ ਜੀ ਪੂਰੀ ਗੋਭੀ ਲੈ ਕੇ ਆਇਆ ਤੇ ਇਹਦਾ ਹੁਣ ਛੋਟੇ ਛੋਟੇ ਕਰਕੇ ਇਹਨੂੰ ਮੈਂ ਧੋ ਲੈਣਾ ਠੀਕ ਹੈ ਜੀ ਨਾਲ-ਨਾਲ ਤੁਹਾਨੂੰ ਦੱਸਦਾ ਜਾਣਾ ਅੱਛਾ ਇਹ ਤੁਸੀਂ ਦੇਖ ਲਓ ਦੋਸਤੋ ਜਿਹੜੇ ਪੱਤਰ ਨੇ ਗੋਭੀ ਦੇ ਉਹ ਵੀ ਕੱਟਣਾ ਪਿਆ ਮੈਂ ਨਾਲੋਂ ਨਾਲ ਠੀਕ ਹੈ ਮਤੇ ਆਖੋ ਵੀ ਪੱਤਰ ਮੈਂ ਸਾਟ ਦਿੱਤੇ ਨੇ ਉਹ ਵੀ ਨਾਲ ਹੀ ਗੋਭੀ ਅਜੇ ਐ ਪਈ ਹੈ ਗੋਭੀ ਨੂੰ ਇਹ ਪਹਿਲਾਂ ਕੱਟਣਾ ਕੱਟ ਕੇ ਫਿਰ ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਧੋਣਾ ਲਓ ਦੋਸਤੋ ਡੰਡਲ ਜਿਹੜੇ ਨੇ ਗੋਭੀ ਦੇ ਨਾਲ ਲੱਗੇ ਸੀ ਉਹ ਸਾਰੇ ਮੈਂ ਕੁੱਤਰ ਲਏ ਨੇ ਇਹ ਹੁਣ ਗੋਭੀ ਦੀ ਵਾਰੀ ਆ ਗਈ ਹੈ ਹੁਣ ਗੋਭੀ ਕੁੱਤਰਾਂਗਾ ਕੁੱਤਰ ਕੇ ਫੇਰ ਇਨਸ਼ਾਅੱਲਾ ਇਹਨੂੰ ਧੋ ਕੇ ਧੋ ਕੇ ਤੇ ਫੇਰ ਰੱਖ ਦਿਆਂਗਾ ਸੂਬਾ ਦੇ ਟਾਈਮ ਪਾਣੀ ਸ਼ਾਣੀ ਇਹਦੇ ਚੋਂ ਚੜ ਜਾਏਗਾ ਤੇ ਤਕਰੀਬਨ ਖੁਸ਼ਕ ਹੋ ਜਾਏਗੀ ਤਕਰੀਬਨ ਪੂਰੀ ਤੇ ਨਹੀਂ ਤੇ ਫੇਰ ਇਹਨੂੰ ਸੂਬਾ ਇਨਸ਼ਾਅੱਲਾ ਤੋਹਦਿਆਂ ਦਿਆਂਗੇ ਦੇਖ ਲਓ ਜੀ ਨਾਰਮਲ ਇਹ ਵੱਡੀ ਵੀ ਬੰਦਾ ਪਾ ਸਕਦਾ ਹੈ ਵੱਡੀ ਜਿੰਨੀ ਹੋਵੇ ਬਿਹਤਰ ਲੇਕਿਨ ਇੱਥੇ ਪਿੰਜਰੇ ਜਿਹੜੇ ਨੇ ਨਾ ਵੱਡੇ ਵੱਡੇ ਨੇ ਉਹਦੀ ਵਜ੍ਹਾ ਨਾਲ ਇਹ ਛੋਟੀ ਕਰ ਰਿਆਂ ਕਿਉਂਕਿ ਇਹਨਾਂ ਦੇ ਜਿਹੜੇ ਬਰਤਨ ਨੇ ਨਾ ਪਿੰਜਰਿਆਂ ਦੇ ਨਾਲ ਟੰਗੇ ਨੇ ਤੇ ਚੋਕ ਕੇ ਬਾਹਰ ਸਾਠ ਛੱਡਦੇ ਨੇ ਤੇ ਛੋਟੀ-ਛੋਟੀ ਹੋਵੇਗੀ ਨਾ ਫਿਰ ਜਿੰਨੀ ਮਰਜ਼ੀ ਪੇ ਸਟਨ ਉਹਦੇ ਚੋਂ ਕੁਝ ਖਾਣਗੇ ਕੁਝ ਸਟਣਗੇ ਠੀਕ ਹੈ ਜੀ ਦੋ ਦੋ ਦੋਸੋ ਗੋਭੀ ਕੱਟ ਵੀ ਦਿੱਤੀ ਠੀਕ ਹੈ ਇਹਨੂੰ ਧੋ ਵੀ ਦਿੱਤਾ ਧੋ ਕੇ ਤੇ ਇਹਨੂੰ ਛਾਨਣੀ ਦੇ ਵਿੱਚ ਪਾ ਕੇ ਰੱਖ ਦਿੱਤਾ ਤਾਂ ਕਿ ਪਾਣੀ ਜਿਹੜਾ ਇਹਦੇ ਚੋਂ ਨਿਚੜ ਜਾਏ ਤੇ ਸਵੇਰ ਜਿਹੜੀ ਕਿ ਪਾਣੀ ਇਹਦੇ ਚ ਨਾ ਹੋਵੇ ਅੱਥਰੇ ਦੇਖ ਲੋ ਡਿਗ ਰਿਹਾ ਠੀਕ ਹੈ ਜੀ ਸਵੇਰ ਤੱਕ ਉਮੀਦ ਹੈ ਕਿ ਇਹਦੇ ਚ ਸਾਰਾ ਪਾਣੀ ਨਿਕਲ ਜਾਏਗਾ ਠੀਕ ਹੈ ਵੈਸੇ ਪਾਣੀ ਡਾਇ ਵੀ ਜਾਏ ਤੇ ਕੋਈ ਮਸਲਾ ਨਹੀਂ ਹੈ ਠੀਕ ਹੈ ਦੋਸਤੋ ਅਗਰ ਵੀਡੀਓ ਪਸੰਦ ਆਏ ਤੇ ਲਾਈਕ ਕਮੈਂਟਸ ਦੇ ਦੇਣਾ ਅਗਰ ਇਹਦੇ ਨਾਲ ਕੋਈ ਤੁਹਾਨੂੰ ਫਾਇਦਾ ਹੋਵੇ ਤੇ ਜੇ ਸਮਝੋ ਕਿ ਗਲਤ ਕਹਿ ਰਿਹਾ ਹੈ ਤੇ ਫਿਰ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜੀ ਓਕੇ ਜੀ ਸਾਰਿਆਂ ਨੂੰ ਮੇਰੀ ਤਰਫੋਂ ਖੁਦਾ ਹਾਫਿਜ਼